ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ, ਟੂਰਿਸਟਲ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ USA ਨੂੰ ਲੈ ਕੇ। USA ਦਾ ਜਿਹੜਾ ਪ੍ਰੋਸੈਸ ਹੈ ਉਹ ਕਿਵੇਂ ਚੱਲ ਰਿਹਾ ਇਸ ਟਾਈਮ, ਔਰ ਅਪੁਆਇੰਟਮੈਂਟ ਦਾ ਕਿਵੇਂ ਦਾ ਸਨੈਰੀਓ ਹੈਗਾ। ਜੇ ਆਪਾਂ USA ਟੂਰਿਸਟ ਵੀਜ਼ਾ ਦੀ ਗੱਲ ਕਰੀਏ, ਯਾਨੀ ਕਿ USA B1 B2 ਵੀਜ਼ਾ ਜਾਂ B1 ਜਾਂ B2 ਵੀਜ਼ਾ ਬਾਰੇ, ਸੋ ਇਹਦੀਆਂ ਅਪੁਆਇੰਟਮੈਂਟ ਜਿਹੜੀਆਂ ਹੁਣ ਥੋੜ੍ਹੀਆਂ ਮੁਸ਼ਕਲ ਮਿਲ ਰਹੀਆਂ ਨੇ। ਸਿੰਗਲ ਅਪੁਆਇੰਟਮੈਂਟ ਕੁਛ ਟਾਈਮ ਬਾਅਦ ਪਿੱਕ ਹੋ ਜਾਂਦੀ ਹੈ, ਬਟ ਕਪਲ ਅਪੁਆਇੰਟਮੈਂਟ ਜਿਹੜੀ ਹੈਗੀ ਹੈ ਉਹ ਥੋੜ੍ਹੀ ਦਿੱਕਤ ਕਰ ਰਹੀ ਹੈ, ਅਪੁਆਇੰਟਮੈਂਟ ਨਹੀਂ ਮਿਲ ਰਹੀ ਹੈਗੀ ਹੈ। ਸੋ ਜਿਹੜੇ ਵੀ ਮੇਰੇ ਵੀਰ ਭੈਣ ਭਰਾ USA ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਥੋੜ੍ਹਾ ਵੇਟ ਕਰਨਾ ਪੈ ਸਕਦਾ ਇਸ ਟਾਈਮ, ਥੋੜ੍ਹਾ ਵੇਟ ਕਰ ਲਿਓ। ਹਾਂ, ਕੁਛ ਕੰਟਰੀ ਹੈਗੇ ਨੇ, ਹੈ ਨਾ, ਵੀ ਜਿਵੇਂ ਮਲੇਸ਼ੀਆ ਤੋਂ ਅਪੁਆਇੰਟਮੈਂਟ ਥੋੜ੍ਹੀ ਜਲਦੀ ਮਿਲ ਰਹੀ ਹੈ, ਸਿੰਗਾਪੁਰ ਤੋਂ ਜਲਦੀ ਮਿਲ ਰਹੀ ਹੈਗੀ ਹੈ, ਹੋਰ ਕੁਛ ਇਸ ਤਰ੍ਹਾਂ ਦੀਆਂ ਕੰਟਰੀਆਂ ਨੇ ਜਿੱਥੇ ਅਪੁਆਇੰਟਮੈਂਟ ਥੋੜ੍ਹਾ ਜਲਦੀ ਮਿਲਦੀ ਹੈਗੀ ਹੈ। ਪਰ ਉੱਥੇ ਇਹ ਪ੍ਰੋਬਲਮ ਹੈ ਕਿ ਉੱਥੇ ਤੁਸੀਂ ਹਿੰਦੀ ਪੰਜਾਬੀ ਦੇ ਵਿੱਚ ਇੰਟਰਵਿਊ ਨਹੀਂ ਦੇ ਸਕਦੇ ਹੈਗੇ। ਹਿੰਦੀ ਪੰਜਾਬੀ 'ਚ ਇੰਟਰਵਿਊ ਦੇਣ ਦਾ ਜਿਹੜੀ ਆਪਸ਼ਨ ਹੈਗੀ ਹੈ ਉਹ ਇੰਡੀਆ ਦੇ ਵਿੱਚ ਹੀ ਹੈ, ਕਿਉਂਕਿ ਜਿਹੜੀ ਕੰਟਰੀ ਦੇ ਵਿੱਚ ਅੰਬੈਸੀ ਹੋਏਗੀ ਉਸੇ ਕੰਟਰੀ ਦੀ ਹੀ ਲੈਂਗੁਏਜ ਦੇ ਵਿੱਚ ਤੁਹਾਡੇ ਕੋਲ ਇੰਟਰਵਿਊ ਦੇਣ ਦੀ ਆਪਸ਼ਨ ਹੁੰਦੀ ਹੈ। ਇਹ ਨਹੀਂ ਹੈ ਕਿ ਤੁਸੀਂ ਕੈਨੇਡਾ ਗਏ ਹੋਏ ਹੈਗੇ ਹੋ ਅਤੇ ਉੱਥੇ ਤੁਸੀਂ USA ਦੀ ਇੰਟਰਵਿਊ ਦੇਣੀ ਚਾਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਪੰਜਾਬੀ 'ਚ ਇੰਟਰਵਿਊ ਹੋ ਜੇ, ਐਵੇਂ ਨਹੀਂ ਹੋ ਸਕਦਾ। ਪਰ ਹਾਂ, ਤੁਸੀਂ ਆਪਣੇ ਨਾਲ ਕੋਈ ਇੰਟਰਪ੍ਰੇਟਰ ਜਾਂ ਆਪਣੇ ਨਾਲ ਕੋਈ ਟਰਾਂਸਲੇਟਰ, ਆਪਣਾ ਕੋਈ ਬੱਚਾ, ਕੋਈ ਰਿਸ਼ਤੇਦਾਰ ਲਿਜਾ ਸਕਦੇ ਹੋ, ਜਿਹੜੀ ਤੁਹਾਡੀ ਹਿੰਦੀ ਪੰਜਾਬੀ ਵਾਲੀ ਗੱਲ ਵੀਜ਼ਾ ਆਫਿਸਰ ਨੂੰ ਸਮਝਾ ਸਕਦਾ ਅਤੇ ਵੀਜ਼ਾ ਆਫਿਸਰ ਦੀ ਗੱਲ ਤੁਹਾਨੂੰ ਸਮਝਾ ਸਕਦਾ ਹੈਗਾ। ਜ਼ਿਆਦਾਤਰ ਸਾਡੇ ਕੋਲ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਕਿ ਜੀ ਮੈਂ ਕੈਨੇਡਾ ਬੈਠਿਆਂ ਜਾਂ ਮੈਂ ਆਸਟ੍ਰੇਲੀਆ ਬੈਠਿਆਂ, ਜੀ ਮੈਂ ਸਿੰਗਾਪੁਰ ਬੈਠਿਆਂ, ਕੀ ਮੈਂ ਇੱਥੋਂ ਹਿੰਦੀ ਪੰਜਾਬੀ 'ਚ ਇੰਟਰਵਿਊ ਦੇ ਸਕਦਾ? ਬਿਲਕੁਲ ਵੀ ਨਹੀਂ, ਤੁਸੀਂ ਉਹਨਾਂ ਕੰਟਰੀਆਂ ਤੋਂ ਹਿੰਦੀ ਪੰਜਾਬੀ 'ਚ ਇੰਟਰਵਿਊ ਨਹੀਂ ਦੇ ਸਕਦੇ। ਹਿੰਦੀ ਪੰਜਾਬੀ ਦੇ ਇੰਟਰਵਿਊ ਤੁਸੀਂ ਉੱਥੇ ਹੀ ਦੇ ਸਕਦੇ ਹੋ ਜਿੱਥੇ ਹਿੰਦੀ ਪੰਜਾਬੀ ਲਾਗੂ ਹੈ, ਯਾਨੀ ਕਿ ਇੰਡੀਆ ਦੇ ਵਿੱਚ ਤੁਸੀਂ ਪੰਜਾਬੀ 'ਚ ਦੇ ਸਕਦੇ ਹੋ, ਇੰਗਲਿਸ਼ ਦੇ ਸਕਦੇ ਹੋ, ਪਾਕਿਸਤਾਨ ਦੇ ਵਿੱਚ ਤੁਸੀਂ ਉਰਦੂ 'ਚ ਦੇ ਸਕਦੇ ਹੋ ਅਤੇ ਪੰਜਾਬੀ 'ਚ ਵੀ ਦੇ ਸਕਦੇ ਹੈਗੇ ਹੋ। ਸੋ ਦੋਸਤੋ, ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਰੀਜ਼ਨ 'ਚ ਕਿਹੜੀ ਕੰਟਰੀ 'ਚ ਹੈਗੇ ਹੋ। ਔਰ ਇਹ ਤਾਂ ਰਿਹਾ ਵੀ ਇੰਟਰਵਿਊ ਦਾ ਕੀ ਸਿਸਟਮ ਹੈ ਅਤੇ ਕਿਵੇਂ ਦੇਣੀ ਹੈਗੀ ਹੈ, ਪੇਪਰ ਕਿਹੜੇ ਚਾਹੀਦੇ ਹੁੰਦੇ ਨੇ। ਜਦੋਂ ਆਪਾਂ USA ਵੀਜ਼ਾ ਦੀ ਗੱਲ ਕਰਦੇ ਹਾਂ, ਸਵਾਲ ਆ ਜਾਂਦਾ ਹੈ ਕਿ ਪੇਪਰ ਕਿਹੜੇ ਕਿਹੜੇ ਚਾਹੀਦੇ ਹੁੰਦੇ ਨੇ। US ਵੀਜ਼ਾ ਲਈ ਕਿਸੇ ਤਰ੍ਹਾਂ ਦਾ ਕੋਈ ਪੇਪਰ ਨਹੀਂ ਚਾਹੀਦਾ ਹੁੰਦਾ, ਨਾ ਹੀ ਕੋਈ ਫੰਡਾਂ ਦੀ ਲੋੜ ਹੈ, ਨਾ ਹੀ ਕੋਈ ITR ਦੀ ਲੋੜ ਹੈ, ਨਾ ਕੋਈ ਬੈਂਕ ਬੈਲੈਂਸ ਦੀ ਲੋੜ ਹੈ, ਨਾ ਕੋਈ ਫਰਦ ਦੀ ਲੋੜ ਹੈ, ਨਾ ਕੋਈ ਪ੍ਰੋਪਰਟੀ ਵੈਲਿਊਏਸ਼ਨ ਦੀ ਲੋੜ ਹੈ। ਸਿਰਫ ਤੁਸੀਂ ਆਪਦਾ ਐਪਲੀਕੇਸ਼ਨ ਫਾਰਮ ਭਰਨਾ ਹੈ, ਆਪਦੇ ਬਾਰੇ ਪੂਰੀ ਡਿਟੇਲ ਅੰਬੈਸੀ ਨੂੰ ਜਿਹੜੀ ਹੈਗੀ ਹੈ ਉਹ ਦੇਣੀ ਹੈਗੀ ਹੈ, ਅਤੇ ਉਸ ਤੋਂ ਬਾਅਦ ਤੁਹਾਨੂੰ ਅੰਬੈਸੀ ਜੱਜ ਕਰਦੀ ਹੈ ਕਿ ਤੁਸੀਂ ਇੰਟਰਵਿਊ ਦੇ ਕਾਬਲ ਹੈਗੇ ਹੋ, ਯਾਨੀ ਕਿ ਵੀਜ਼ਾ ਦੇ ਕਾਬਲ ਹੈਗੇ ਹੋ ਜਾਂ ਨਹੀਂ ਹੈਗੇ। ਸੋ ਇਹ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਹੈ। ਜੇਕਰ ਤੁਸੀਂ ਵਧੀਆ ਤਰੀਕੇ ਨਾਲ ਇੰਟਰਵਿਊ ਕੱਢ ਦਿੰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ, ਜੇ ਇੰਟਰਵਿਊ 'ਚ ਰਹਿ ਜਾਂਦੇ ਹੋ ਤਾਂ ਵੀਜ਼ਾ ਜਿਹੜਾ ਹੈਗਾ ਉਹ ਨਹੀਂ ਮਿਲਦਾ। ਸੋ ਡਿਪੈਂਡ ਕਰਦਾ ਹੈ ਤੁਹਾਡੀ ਇੰਟਰਵਿਊ 'ਤੇ। ਸੋ ਇਸ ਕਰਕੇ ਇਹ ਧਿਆਨ ਨਾ ਦਿਓ ਕਿ ਕਿਹੜੇ ਪੇਪਰ ਜਾਂ ਵਧੀਆ ਪੇਪਰ ਚਾਹੀਦੇ ਨੇ ਸਾਨੂੰ, ਫੰਡ ਵਧੀਆ ਚਾਹੀਦਾ, ਕੁਛ ਨਹੀਂ ਚਾਹੀਦਾ। ਤੁਸੀਂ ਅਪਲਾਈ ਕਰਕੇ ਆਪਦੇ ਇੰਟਰਵਿਊ ਦੀ ਤਿਆਰੀ ਕਰ ਲਓ, ਵੀਜ਼ਾ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾਏਗਾ। ਅਤੇ ਸਾਡੀ ਜਿਹੜੀ ਕੰਪਨੀ ਹੈ ਦੋਸਤੋ, ਇਹ ਵੀ ਤੁਹਾਡੀ ਹੈਲਪ ਕਰਦੀ ਹੈ ਤੁਹਾਡੀ ਇੰਟਰਵਿਊ ਦੀ ਤਿਆਰੀ ਕਰਾਉਣ 'ਚ, ਤੁਹਾਡਾ ਵੀਜ਼ਾ ਲੈਣ ਦੇ ਵਿੱਚ, ਕਿਉਂਕਿ ਅਸੀਂ ਅੱਜ ਤੱਕ ਹਜ਼ਾਰਾਂ ਹੀ ਵੀਜ਼ੇ ਅਪਲਾਈ ਕਰ ਚੁੱਕੇ ਹੈਗੇ ਹਾਂ। ਅਤੇ ਸਾਡੇ ਕੋਲ ਇੱਕ ਡਾਟਾ ਮੇਨਟੇਨ ਕੀਤਾ ਹੋਇਆ ਕਿ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਮਿਲਿਆ ਉਹਨਾਂ ਨੂੰ ਅੰਬੈਸੀ ਨੇ ਕਿਵੇਂ ਦੇ ਸਵਾਲ ਕੀਤੇ ਅਤੇ ਉਹਨਾਂ ਨੇ ਕਿਵੇਂ ਜਵਾਬ ਦਿੱਤੇ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਅੰਬੈਸੀ ਨੇ ਕਿਸ ਤਰ੍ਹਾਂ ਦੇ ਸਵਾਲ ਕੀਤੇ ਅਤੇ ਉਹਨਾਂ ਨੇ ਕਿਵੇਂ ਦਾ ਜਵਾਬ ਦਿੱਤਾ। ਸੋ ਉਸ ਡਾਟੇ ਦੇ ਆਧਾਰ 'ਤੇ
ਔਰ ਤੁਹਾਡੀ ਪ੍ਰੋਫਾਈਲ ਦੇ ਆਧਾਰ 'ਤੇ ਅਸੀਂ ਤੁਹਾਡੀ ਤਿਆਰੀ ਕਰਵਾਉਂਦੇ ਹੈਗੇ ਹਾਂ ਕਿ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਮੁਤਾਬਕ ਅੰਬੈਸੀ ਇਸ ਤਰ੍ਹਾਂ ਦਾ ਸਵਾਲ ਪੁੱਛ ਸਕਦੀ ਹੈ ਅਤੇ ਤੁਸੀਂ ਇਸ ਤਰ੍ਹਾਂ ਉਹਨਾਂ ਦਾ ਆਂਸਰ ਕਰਨਾ ਹੈ। ਇਸ ਤਰੀਕੇ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।